ਤੋ ਕੁਝ ਗੀਤ ਗਾਣੇ ਦੋ ਗਾਣੇ ਪੇਸ਼ ਕਰਨ ਲੱਗੇ ਹਾਂ। ਮੇਰੀ ਸਟੇਜ ਮੇਰਾ ਖਿਆਲ ਹੈ ਤੁਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਜ਼ਰੂਰ ਦੇਖੀ ਹੋਣੀ ਹੈ। ਜ਼ਿਆਦਾਤਰ ਮਨੋਰੰਜਨ ਦੀ ਸਟੇਜ ਹੁੰਦੀ ਹੈ, ਇੱਥੇ ਕੋਈ ਉਪਦੇਸ਼ ਜਾਂ ਕੋਈ ਹੋਰ ਮੇਰਾ ਮਤਲਬ ਹੈ ਕੋਈ ਖਾਸ ਕਿਸਮ ਦੀਆਂ ਗੱਲਾਂ ਨਹੀਂ ਹੁੰਦੀਆਂ, ਅਤੇ ਇੱਥੇ ਤਾਂ ਸਿਰਫ ਮਨੋਰੰਜਨ ਹੁੰਦਾ, ਉਹ ਵੀ ਹਾਸਾ ਹੋਵੇ, ਕੋਈ ਮਾੜੀ ਮੋਟੀ ਛੇੜਛਾੜ, ਕੋਈ ਥੋੜ੍ਹਾ ਬਹੁਤਾ ਠੱਠਾ ਹੋਵੇ, ਹੈ ਚੋਲ ਮੋਲ, ਕੁਝ ਕੁਤਕਤਾਣੀਆਂ, ਇਹੋ ਜਿਹਾ ਕੁਝ ਹੁੰਦਾ। ਤਾਂ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਬਈ ਤੁਹਾਨੂੰ ਖੁਸ਼ ਕਰ ਦੇਈਏ, ਥੋੜ੍ਹਾ ਜਿਹਾ ਗੌਰ ਨਾਲ ਪੇਸ਼ ਕਰਨ ਲੱਗੇ ਹਾਂ। ਇੱਕ ਬੜਾ ਪੁਰਾਣਾ ਗੀਤ, ਫਿਰ ਨਵੇਂ ਵੀ ਸੁਣਾਵਾਂਗੇ। ਪੁਰਾਣਾ ਗੀਤ ਹੈ ਵੀ ਇੱਕ ਫੌਜੀ ਨੌਜਵਾਨ ਬੜੇ ਚਿਰਾਂ ਮਗਰੋਂ ਛੁੱਟੀ ਆਇਆ, ਛੁੱਟੀ ਆਇਆ ਤਾਂ ਘਰ ਵਾਲੇ ਬੜੇ ਖੁਸ਼ ਨੇ, ਮਾਂ ਪਿਓ ਭੈਣ ਭਰਾ ਘਰ ਵਾਲੀ ਬੜੀ ਖੁਸ਼ ਹੈ। ਦੋਵਾਂ ਦੇ ਚੁਬਾਰੇ ਦੇ ਮੰਜੇ ਡਾਲ ਦਿੱਤੇ ਗਏ, ਦੁੱਧ ਦਾ ਛੰਨਾ ਲੈ ਕੇ ਮੁਟਿਆਰ ਜਦੋਂ ਗੱਭਰੂ ਕੋਲੇ ਪੁੱਜੀ ਤਾਂ ਦੋਨੋਂ ਆਪਸ 'ਚ ਪਿਆਰ ਦੀਆਂ ਗੱਲਾਂ ਕਰਦੇ ਨੇ। ਗੌਰ ਨਾਲ ਸੁਣਨਾ ਹੈ ਮੌਕੇ ਦੇ ਕੰਮ ਆ ਜਾਂਦੇ। ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ
ਮੁੰਡਿਆਂ ਵਰਗੇ ਕੇਸ ਤੇਰੇ ਤੇ ਕੁੰਡਿਆਂ ਵਰਗਾ ਜੀਣਾ ਚਾਰਜ ਮੇਰੇ ਚੁੱਪ ਕਵੀ ਮੈਂ ਕਰਨਾ ਕਰਨਾ ਜੇਰਾ ਚਾਰਜ ਮੇਰੇ ਚੁੱਪ ਕਵੀ ਮੈਂ ਕਰਨਾ ਕਰਨਾ ਜੇਰਾ ਪਤਾ ਨਹੀਂ ਗੱਲ ਚਾਰ ਪਰਾਂ ਵਿੱਚ ਹੋ ਜਾਣੀ ਬਰਬਾਦ ਨੀ ਥੋੜਾ ਜਿਹਾ ਨੇੜੇ ਹੋਣਾ ਸੀਨੇ ਚੋਂ ਨਿਕਲੇ ਲਾਟ ਥੋੜਾ ਜਿਹਾ ਨੇੜੇ ਹੋਣਾ ਸੀਨੇ ਚੋਂ ਨਿਕਲੇ ਲਾਟ ਥੋੜਾ ਜਿਹਾ ਨੇੜੇ ਹੋ ਜਾ ਸੀਨੇ ਚੁਲਕਣੇ ਰੱਖ ਕੇ